ਅਬੋਹਰ ਤੇ ਖੋਰ ਕਰੋਨਾ ਪੋਜ਼ਿਟਿਵ ਨੇ ਦਮ ਤੋੜ ਦਿੱਤਾ ਜਿਸ ਤੋਂ ਬਾਅਦ ਸਰਕਾਰੀ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਫ੍ਰੈਂਡਸ ਕਲੋਨੀ ਅਬੋਹਰ ਦਾ 64 ਸਾਲਾ ਵਿਅਕਤੀ ਅਸ਼ੋਕ ਭਾਟੀਆ ਕਰੋਨਾ ਪੋਜ਼ਿਟਿਵ ਪਾਇਆ ਗਿਆ ਸੀ ਤੇ ਬੀਤੇ ਦਿਨ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਤੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਸ ਦੀ ਮੌਤ ਹੋ ਗਈ। ਉਸ ਦਾ ਅੰਤਿਮ ਸੰਸਕਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਪੂਰੇ ਨਿਯਮਾਂ ਦੀ ਪਾਲਣਾ ਕਰਕੇ ਕੀਤਾ ਗਿਆ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸ਼ੋਕ ਭਾਟੀਆ ਦੇ ਪੋਜ਼ਿਟਿਵ ਆਉਣ ਤੋਂ ਬਾਅਦ ਉਹ ਲਗਾਤਾਰ ਹਸਪਤਾਲ ਵਿੱਚ ਫੋਨ ਕਰਦੇ ਰਹੇ ਪਰੰਤੂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਰਿਪੋਰਟ ਸਾਨੂੰ ਮਿਲ ਗਈ ਸੀ ਦੁਪਹਿਰੇ ਮਿਲੀ 3:30-4 ਪੋਜ਼ਿਟਿਵ ਆਈ ਸੀ ਅਤੇ ਉਸ ਤੋਂ ਬਾਅਦ ਅਸੀਂ ਫੋਨ ਕਰਤਾ ਵੀ ਲੈ ਆ ਜਾਓ ਜਾਂ ਲੈ ਜਾਓ ਜਾਂ ਅਸੀਂ ਛੱਡ ਚੱਲੇ ਕੋਈ ਵੀ ਨਹੀਂ ਆ ਅਸੀਂ ਆਉਂਦੇ ਪਏ ਹਾਂ ਅਸੀਂ ਆਉਂਦੇ ਪਏ ਹਾਂ ਐਂਬੂਲੈਂਸ ਵਾਲਿਆਂ ਨੇ ਕੀਤਾ ਫੋਨ ਸਾਰਿਆਂ ਦੇ ਫੋਨ ਕਰਵਾਇਆ ਸੀ ਜਿੰਨੀ ਸਾਡੀ ਜਾਣਕਾਰੀ ਸੀ ਕਦੇ ਸਵਿੱਚ ਆਫ ਕਰ ਦਿੰਦੇ ਸੀ ਕਦੇ ਚੱਕਦੇ ਹੀ ਨਹੀਂ ਸੀਗੇ ਅਸੀਂ ਹੁਣ ਆਉਂਦੇ ਪਏ ਹੁਣ ਆਉਂਦੇ ਪਏ ਹੁਣ ਆਉਂਦੇ ਪਿਆ ਕੋਈ ਵੀ ਨਹੀਂ ਆਇਆ ਅਸੀਂ ਸਵੇਰੇ ਲੈ ਕੇ ਗਏ ਰਾਤੀ ਅਸੀਂ ਘਰੇ ਆਕਸੀਜਨ ਲਾਈ ਰੱਖੀ ਹੈ ਮੰਮੀ ਨੂੰ ਲੱਗੀ ਹੋਈ ਹੈ ਮੇਰੇ ਅਤੇ ਅਸੀਂ ਸਾਡੇ ਕੋਲ ਐਕਸਟਰਾ ਸਿਲੰਡਰ ਪਿਆ ਸੀ ਅਸੀਂ ਘਰੇ ਪਾਪਾ ਨੂੰ ਵੀ ਲਾ ਦਿੱਤੇ ਆਪਾਂ ਸਾਰੀ ਰਾਤ ਤੜਪਦੇ ਰਹੇ ਅਸੀਂ ਮਲਦੇ ਰਹੇ ਚਾਹ ਦਿੰਦੇ ਰਹੇ ਪਾਣੀ ਦਿੰਦੇ ਰਹੇ ਗਰਮ ਚੀਜ਼ਾਂ ਦਿੱਤੀਆਂ ਕੋਈ ਵੀ ਸਵੇਰ ਤੱਕ ਵੀ ਨਹੀਂ ਕੋਈ ਆਇਆ ਇੰਨੇ ਫੋਨ ਕੀਤੇ ਐਂਬੂਲੈਂਸ ਵਾਲਿਆਂ ਨੂੰ ਕੋਈ ਵੀ ਪੋਜ਼ਿਟਿਵ ਆਈ ਸੀ ਅਸ਼ੋਕ ਭਾਟੀਆ ਜੀ ਅਤੇ ਕੱਲ੍ਹ ਉਹਨਾਂ ਦੀ ਜਿਹੜੀ ਰਿਪੋਰਟ ਪੋਜ਼ਿਟਿਵ ਆਈ ਸੀਗੀ ਅਤੇ ਰਾਤ ਨੂੰ ਉਹਨਾਂ ਨੂੰ ਇੱਕਦਮ ਜ਼ਿਆਦਾ ਦਿੱਕਤ ਹੋਈ ਹੈ ਅਤੇ ਅੱਜ ਸਵੇਰੇ ਜਿਹੜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਹੁਣ ਜਿਹੜੀ ਉਹਨਾਂ ਦੀ ਇੱਥੇ ਹੋਸਪਿਟਲ ਅਤੇ ਪ੍ਰਸ਼ਾਸਨ ਵੱਲੋਂ ਅਤੇ ਮਾਸਟਰਾਂ ਨਰਸ ਵਾਲੇ ਜਿਹੜੀ ਮਦਦ ਦੇ ਨਾਲ ਉਹਨਾਂ ਦਾ ਜਿਹੜਾ ਇੱਥੇ ਪਰਮਿਸ਼ਨ ਕਰਨ ਵਾਸਤੇ ਉਹਨਾਂ ਦੇ ਜਿਹੜੀ ਡੈਥ ਬੋਡੀ ਜਾਂਦੀ ਗਈ ਹੈ ਅਤੇ ਉਹਨਾਂ ਦੀ ਜਿਹੜਾ ਹੁਣ ਪਰਮਿਸ਼ਨ ਚੱਲ ਰਿਹਾ।